ਪਟਾਣਾ ਸ਼ਹਿਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ SSP ਉਪਿੰਦਰਜੀਤ ਘੁੰਮਣ ਦੇ ਦਿਸ਼ਾ ਨਿਰਦੇਸ਼ਾਂ ਹੇਠ DSP ਪਰਵਿੰਦਰ ਕੌਰ ਦੀ ਅਗਵਾਈ ਵਿੱਚ ਇੰਚਾਰਜ CI ਸਟਾਫ ਦੇ ਸੁਰਿੰਦਰ ਸਿੰਘ ਨੇ ਪੁਲਿਸ ਪਾਰਟੀ ਵੱਲੋਂ ਇੱਕ ਵਿਅਕਤੀ ਜੁਗਰਾਜ ਸਿੰਘ ਜੱਗਾ ਵਾਸੀ ਛਾਪਿਆਂ ਵਾਲੀ ਥਾਣਾ ਦੇ ਘਰ ਰੇਡ ਕਰ ਉਸ ਪਾਸੋਂ 513 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਹੈ ਜਿਸ ਦੀ ਅੰਤਰਰਾਸ਼ਟਰੀ ਕੀਮਤ ਲਗਭਗ 2.5 ਕਰੋੜ ਤੋਂ ਵੱਧ ਉੱਪਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਆਰੋਪੀ ਤੋਂ ਇੱਕ ਚਾਈਨਾ ਮੇਡ ਕੰਡਾ ਅਤੇ ਇੱਕ ਚਮਚਾ ਬਿਨਾਂ ਡੰਡੀ ਬਰਾਮਦ ਕੀਤਾ ਗਿਆ ਹੈ। ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਬਟਾਲਾ ਵਿਖੇ ਦੋਸ਼ੀ ਗੋਪਾਲ ਸਿੰਘ ਉਰਫ਼ ਗੋਪਾਲਾ ਵਾਸੀ ਧੀਰ ਖਿਲਾਫ਼ ਇੱਕ ਕੇਸ ਦਰਜ ਸੀ ਜਿਸ ਦੀ ਤਸਦੀਕ ਦੌਰਾਨ ਉਕਤ ਆਰੋਪੀ ਨੂੰ ਕਾਬੂ ਕੀਤਾ ਗਿਆ। ਉਹਨਾਂ ਦੱਸਿਆ ਕਿ ਫੜੇ ਗਏ ਦੋਸ਼ੀ ਖਿਲਾਫ਼ ਵੱਖ ਵੱਖ ਥਾਣਿਆਂ ਵਿੱਚ ਕਈ ਮੁਕੱਦਮੇ ਦਰਜ ਹਨ। ਉਹਨਾਂ ਦੱਸਿਆ ਕਿ ਫੜੇ ਗਏ ਆਰੋਪੀ ਦਾ ਮਾਨਯੋਗ ਅਦਾਲਤ ਤੋਂ 2 ਦਿਨ ਦਾ ਰਿਮਾਂਡ ਲੈ ਗਿਆ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣੇ ਬਾਕੀ ਨੇ। ਬਟਾਲਾ ਤੋਂ ਹਰਵਿੰਦਰ ਸਿੰਘ ਦੇ ਨਾਲ ਨਰਿੰਦਰ ਪੁਰੇਵਾਲ ਦੀ ਖਾਸ ਰਿਪੋਰਟ ਲਾਈਟ ਆਪਰੇਸ਼ਨ ਦੀ। ਮੁਕੱਦਮਾ ਨੰਬਰ 75/22/19 ਜੁਰਮ 21/22/27 NDPS 8 ਥਾਣਾ ਸਦਰ ਬਟਾਲਾ। ਦੋਸ਼ੀ ਗੋਪਾਲ ਸਿੰਘ ਉਰਫ ਗੋਪਾਲਾ ਪੁੱਤਰ ਤਰਲੋਕ ਸਿੰਘ ਕੌਮ ਜੱਟ ਵਾਸੀ ਧੀਰ ਥਾਣਾ ਸਦਰ ਬਟਾਲਾ ਦੇ ਖਿਲਾਫ਼ ਦਰਜ ਰਜਿਸਟਰ ਹੋਇਆ ਸੀ। ਇਸ ਮੁਕੱਦਮੇ ਦੀ ਤਫਤੀਸ਼ 'ਚ ਜਿਹੜੇ ਕੁਝ ਤੱਥ ਸਾਹਮਣੇ ਆਏ ਵੀ ਜੁਗਰਾਜ ਸਿੰਘ ਉਰਫ ਜੱਗਾ ਪੁੱਤਰ ਹਰਪਿੰਦਰ ਸਿੰਘ ਕੌਮ ਜੱਟ ਵਾਸੀ ਛਾਪਿਆਂ ਵਾਲੀ ਥਾਣਾ ਬਿਆਸ ਜਿਹੜਾ ਉਹ ਇਹਦੀ ਤਫਤੀਸ਼ 'ਚ ਆਇਆ ਅਤੇ ਅੱਜ ਮਿਤੀ ਆਪਣੇ 8/7 ਨੂੰ ਮਾਨਯੋਗ SSP ਸਾਹਿਬ ਇੰਦਰਜੀਤ ਸਿੰਘ ਘੁੰਮਣ ਦੇ ਦਿਸ਼ਾ ਨਿਰਦੇਸ਼ ਮੁਤਾਬਕ ਸ਼੍ਰੀ ਪਰਵਿੰਦਰ ਕੌਰ DSP ਸਾਹਿਬ ਇਨਵੈਸਟੀਗੇਸ਼ਨ ਬਟਾਲਾ ਦੀ ਰਹਿਣ ਮਾਈ ਹੇਠ ਮੈਂ ਅਤੇ ਮੇਰੇ ਸਟਾਫ ਨੇ ਉੱਥੇ ਰੇਡ ਕੀਤਾ ਛਾਪਿਆਂ ਵਾਲੀ ਅਤੇ ਇਹਦੇ ਜੁਗਰਾਜ ਸਿੰਘ ਉਰਫ ਜੱਗਾ ਉਕਤ ਦੇ ਘਰ 'ਚੋਂ 513 ਗ੍ਰਾਮ ਹੀਰੋਇਨ ਬਰਾਮਦ ਅਤੇ ਇੱਕ ਚਾਈਨਾ ਮੇਡ ਕੰਡਾ ਅਤੇ ਇੱਕ ਚਮਚਾ ਛੋਟਾ ਜਿਹਦੇ ਨਾਲ ਇਹ ਲੋਕਾਂ ਨੂੰ ਦਿੰਦਾ ਸੀਗਾ ਉਹ ਬਰਾਮਦ ਕੀਤਾ ਜੀ। ਅਤੇ ਦੋਸ਼ੀ ਉਸਦੇ ਖਿਲਾਫ਼ ਜਿਹੜਾ ਉਹਨੂੰ ਗ੍ਰਿਫਤਾਰ ਕਰਕੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਜਿਹਦੇ ਤੋਂ ਗਾਂਹ ਜਿਹੜਾ ਵਾ ਉਹ ਹੋਰ ਸਮੱਗਲਰਾਂ ਬਾਰੇ ਪੁੱਛਗਿੱਛ ਕੀਤੀ ਜਾਊ। ਇਹਦੀ ਅੰਤਰਰਾਸ਼ਟਰੀ ਕੀਮਤ 2.5 ਕਰੋੜ ਤੋਂ ਉੱਪਰ ਹੀ ਹੈ। सब्सक्राइब कीजिए LON न्यूज चैनल को और दबाइए बेल आइकन को लेटेस्ट न्यूज सबसे पहले जानने के लिए।